ਪ੍ਰਾਈਮਿਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਐਜੀਪੀਸੀ ਐਗਜ਼ੀਕਟਿਵ ਜਾਂ ਐਚਪੀਸੀ ਪ੍ਰਧਾਨ ਦੀ ਚੋਣ ਤਾਂ ਹੋਣੀ ਹੈ 28 ਅਕਤੂਬਰ ਨੂੰ ਪਰ ਉਸ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਾਂ ਅੱਜ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਵੀ ਕਿਹਾ ਤੇ ਬਾਕੀਆਂ ਨੇ ਵੀ ਜਿਹੜੇ ਐਜੀਪੀਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜੀ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਸਾਡੇ ਮੈਂਬਰਾਂ ਨੂੰ ਖਰੀਦਣ ਦੀ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭុន ਸਾਹਿਬ ਇਹ ਜਿਹੜੀ ਇਸ ਵੇਲੇ ਆਪਸੀ ਬਿਆਨਬਾਸੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਭਾਜਪਾ ਨਰ 1996 ਤੋਂ ਲੈ ਕੇ 2020 ਤੱਕ ਸਾਂਝ ਰੱਖੀ 24 ਸਾਲ ਅੱਜ ਉਹਦੇ ਨੇ ਦੁਸ਼ਮਣੀ ਪੈ ਗਈ ਫਿਰ ਸਾਂਝ ਤੋਂ ਬਾਅਦ ਵੀ ਰਾਸ਼ਟਰਪਤੀ ਤੇ ਉਪਰਾਸ਼ਟਪਤੀ ਦੀ ਚੋਣ ਚ ਉਹਨਾਂ ਸਿਰਫ ਫੋਨ ਕੀਤਾ ਸਾਨੂੰ ਵੋਟ ਪਾ ਦਿਓ ਤੇ ਫੋਨ ਦੇ ਉੱਤੇ ਨਹੀਂ ਰਿਹਾ ਦਿੱਲੀ ਉਹਨਾਂ ਨਾਲ ਆਪ ਕਹਿਣ ਵਾਸਤੇ ਗਿਆ ਜੀ ਅਸੀਂ ਹੱਥ ਜੋੜ ਕੇ ਵੋਟ ਪਾਵਾਂਗੇ ਐਸ ਪਾਰਲੀਮੈਂਟ ਚੋਣ ਤੋਂ ਪਹਿਲਾਂ ਮਾਰਚ ਅਪ੍ਰੈਲ ਮਈ ਚ ਕਿੰਨੀ ਵਾਰੀ ਦਿੱਲੀ ਚ ਮੀਟਿੰਗਾਂ ਹੋਈਆਂ ਤੇ ਰੋਜ਼ ਇਹ ਸੁਨਿਆ ਮਿਲਦਾ ਸੀ ਕਿ ਭੜਕੇ ਤਨ ਦੀ ਗੱਲ ਸਿਰੇ ਲੱਗੀ ਜਾਣੀ ਇੰਨੀ ਵਾਰੀ ਗੱਲ ਸਿਰੇ ਲੱਗ ਜਾਣੀ ਲੱਗ ਜਾਣੀ ਲੱਗ ਜਾਣੀ ਨਹੀਂ ਲੱਗੀ ਹੁਣ ਬੀਜੇਪੀ ਦੁਸ਼ਮਣ ਹੋ ਗਿਆ ਆਖਰ ਪਤਾ ਤੇ ਲੱਗਣਾ ਚਾਹੀਦਾ ਵੀ ਅਰਚਣ ਕਿੱਥੇ ਆ ਇਹ ਕਹਿੰਦੇ ਕਾਂਗਰਸੀ ਸਾਡੇ ਦੁਸ਼ਮਣ ਆਮ ਆਦਮੀ ਪਾਰਟੀ ਸਾਡੇ ਦੁਸ਼ਮਣ ਇੱਕ ਮੁੰਡੇ ਨੇ ਜਾ ਕੇ ਟੀਚਰ ਕੋਲ ਸ਼ਿਕਾਇਤ ਕੀਤੀ ਜੀ ਆਪਲਾਣੇ ਨੇ ਮੈਨੂੰ ਹੱਥ ਧੱਕਾ ਮਾਰਿਆ ਮੈਂ ਡਿੱਗ ਪਿਆ ਉਹ ਕਹਿੰਦਾ ਤੈਨੂੰ ਇਹ ਤੋਂ ਪਹਿਲਾਂ ਜੀਤੇ ਨੇ ਧੱਕਾ ਮਾਰੇ ਸਕੇ ਜੀ ਉਹ ਤੋਂ ਪਹਿਲਾਂ ਕਹਿੰਦਾ ਵੀ ਉਹ ਕਾਲੇ ਨੇ ਤੈਨੂੰ ਗਾਲਖਡੀ ਕਿਹਾ ਤਾਂ ਹਾਂਜੀ ਉਹ ਤੋਂ ਪਹਿਲਾਂ ਕਹਿੰਦਾ ਤੇਜੂ ਨੇ ਤੈਨੂੰ ਕੁਝ ਆਖਿਆ ਸੀ ਪੁੱਠਾ ਸੀ ਰੱਖਿਆ ਹਾਂਜੀ ਤੇਜੂ ਕਹਿੰਦਾ ਪਰ ਇਹੋ ਕੇ ਕੰਨ ਪੜ ਲੈ ਕਿਉਂ ਜੀ ਕਹਿੰਦਾ ਇਹ ਸਾਰੇ ਤੈਨੂੰ ਹੀ ਕੋ ਤੰਗ ਕਰਦੇ ਤੂੰ ਇਕੱਲਾ ਹੀ ਕਿਉਂ ਇਹ ਨਾ ਵਾ ਤੇਰਾ ਆਖਰ ਕੋਈ ਤੇਰੇ ਚ ਵੀ ਨੁਕਸ ਹੋਊਗਾ ਜੀ ਅਕਾਲੀ ਪਾਰਟੀ ਹਰ ਕਾਨੂੰਨ ਨਿੰਦਰਾ ਨੌਲਣਾ ਸ਼ੁਰੂ ਕਰ ਦੇਣਾ ਮੈਂ ਅੱਗੇ ਵੀ ਇੱਕ ਦਿਨ ਆਖਿਆ ਸੀ ਕਿ ਡਾਕਟਰ ਦਲਜੀਤ ਸਿੰਘ ਜੀ ਮੈਨੇ ਬਾਕੀ ਸਾਰੇ ਗੰਢ ਤੇ ਰੂਸ ਦਾ ਰਾਸ਼ਟਰਪਤੀ ਤੇ ਯੂਕਰੇਨ ਦਾ ਨਹੀਂ ਗਣਿਆ ਹੁਣ ਵੀ ਇਦਾਂ ਦੀਆਂ ਗੱਲਾਂ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਜਿਹੜੀ ਇਥੋਂ ਦੀ ਲੜਾਈ ਇਥੋਂ ਦੀ ਲੜਨੀ ਚਾਹੀਦੀ ਆ ਸੱਚੀ ਗੱਲ ਮੈਨੂੰ ਪੁੱਛੋ ਤੇ ਮੇਰੀ ਕੱਲ ਕਾਂਗਰਸ ਦੇ ਇੱਕ ਬੜੇ ਵੱਡੇ ਲੀਡਰ ਨਾਲ ਗੱਲ ਹੋਈ ਉਹਦਾ ਅਚਾਨਕ ਫੋਨ ਆਰ ਗਿਆ ਮੈਨੂੰ ਆਖਿਆ ਮੈਂ ਆਖਿਆ ਕਾਲੀ ਕਹਿੰਦੇ ਤੁਸੀਂ ਉਹਨਾਂ ਨੂੰ ਮਾਰ ਦੇਣਾ ਚਾਹੁੰਦੇ ਆ ਕਹਦਾ ਮੈਥੋਂ ਸੱਚੀ ਗੱਲ ਪੁੱਛਦਿਆਂ ਮੇਰਾ ਨਾਂ ਨਾ ਲਿਓ ਅਸੀਂ ਦਿਲੋਂ ਚੋਣਾਂ ਆ ਕੇ ਅਕਾਲੀ ਦਲ ਕਾਇਮ ਹੋ ਜੇ ਮੈਂ ਹਕੀ ਗੱਲ ਕਨਜੀ ਅਕਾਲੀ ਦਲ ਦਾ ਖੇਤਰੀ ਪਾਰਟੀ ਦਾ ਕੈਮਰਨਾਂ ਜਾਂ ਇਹਦੀ ਸਪਾਜਪਾ ਹੋਵੇ ਜਾਂ ਇਹਨਾਂ ਦਾ ਗਠਜੋੜ ਹੋਵੇ ਉਹ ਸਾਡੇ ਲਈ ਫਾਇਦੇਮੰਦ ਅਸੀਂ ਪਿਛਲੀਆਂ ਚੋਣਾਂ 'ਚ ਉਹਨਾਂ ਸੀਟਾਂ 'ਤੇ ਜਿੱਤੇ ਆਂ ਜਿੱਥੇ ਅਕਾਲੀ ਦਲ ਤੇ ਭਾਜਪਾ ਮਜ਼ਬੂਤ ਸੀ ਜੁੜੀਆਂ ਸੀਟਾਂ ਤੇ ਡੁੱਬ ਗਿਆ ਜੀ ਉੱਥੇ ਇਹ ਮੇਰੇ ਜਿੱਤੇ ਉੱਥੇ ਫਿਰ ਆਮ ਆਦਮੀ ਪਾਰਟੀ ਜਿੱਤ ਗਈ ਕਦੇ ਸਾਡੀ ਗੱਲ ਬਣਦੀ ਤਾਂ ਵਾ ਜੇ ਸਾਡੇ ਸਾਹਮਣੇ ਰਵੈਤੀ ਬਦਲ ਹੋਵੇ ਇਹ ਰਵੈਤੀ ਬਦਲ ਨਹੀਂ ਉਹ ਤੁਹਾਨੂੰ ਬਚਾਉਣ ਵਾਸਤੇ ਲੱਗੇ ਤੇ ਤੁਸੀਂ ਅੱਖ ਜੰਨੇ ਹੋਵੇ ਡੁੱਬਣ ਵਾਸਤੇ ਲੱਗੇ ਅਗਲੀ ਗੱਲ ਇਹ ਆ ਕਿ ਜਿੱਥੇ ਪਹੁੰਚ ਗਿਆ ਇਹਨਾਂ ਦੀ ਦੋਸ਼ਣबाजी ਨੇ ਕੁਝ ਬੰਦਿਆ ਦੇ ਬਹੁਤਾ ਬੁਲਣ ਨੇ ਕੰਮ ਵਗਾੜਤਾ ਕੱਲ ਕਲਿਦਵਦੱਕ ਬੁਲਾਰਾ ਬੋਲਿਆ ਮੈਂ ਮੁਰਮੁਰ ਨਾ ਲੈਂਦਾ ਚੰਗਾ ਨਹੀਂ ਲੱਗਦਾ ਉਹਨੇ ਕਹੇ ਤੇਰੀ ਸਾਡੇ ਪ੍ਰਧਾਨ ਜੀ ਨੇ ਜੋ ਆਖਿਆ ਉਹਨੇ ਕੱਲ ਨਹੀਂ ਆਖਿਆ ਉਹ ਤਾਂ ਜੋ ਵੀ ਹੋਇਆ ਉਹ ਤਾਂ ਗਲਤ ਹੋਇਆ ਠੀਕ ਹੋਇਆ ਅਸੀਂ ਸਾਰੇ ਸ਼ਾਮਿਲ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਸਲਾਹ ਕਰਕੇ ਉਹਨਾਂ ਨੇ ਇਹਦੀ ਪ੍ਰੋਟਾਕ ਕੀਤੀ ਉਹ ਤਾਂ ਕੀਤਾ ਸੀ ਮੈਨੂੰ ਵੀ ਪਤਾ ਹੈ ਪਰ ਅਸੀਂ ਇਹ ਮੁੱਦਾ ਨਹੀਂ ਸੀ ਚੁੱਕ ਰਿਹਾ ਇਹ ਕਿਨੇ ਛੱਡੋ ਕੀ ਕਰਨਾ ਉਹਨੇ ਕਰ ਲੋ ਗੱਲ ਸਾਹਮਣੇ ਲੈ ਆਂਦੀ ਇਹ ਸੱਚੀ ਗੱਲ ਉਹ ਦੇਖਿਓ ਨੇ ਉਦੋਂ ਪ੍ਰਧਾਨ ਜੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਪਰੋਡ ਤੱਕ ਕਰਾ ਲਈ ਪਰ ਜਦੋਂ ਪਹਿਲਾਂ ਪੰਜ ਸਿੰਘ ਸਹਿਬਾਨ ਨੂੰ ਸਰਦਿਆ ਉਦੋਂ ਥੋੜਾ ਉਹਨਾਂ ਨੂੰ ਅਪਰੋਡ ਤੱਕ ਕਰਾਈ ਹਨਾਂ ਦੀ ਰਾਇ ਲਈ ਸੀ ਉਦੋਂ ਤੇ ਚੁੱਪਚਾਪੀਤਾ ਸੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਚੁੱਪ ਕਰਕੇ ਕਰ ਦਿਓ ਇੱਕ ਬੰਦਾ ਗਿਆ ਲੈਣ ਉਹਨਾਂ ਪੰਜਾਂ ਨੂੰ ਆਪਣੇ ਕਾਰਜ ਪਤਾ ਨਹੀਂ ਕਿੱਦਾਂ ਤੱਕ ਧੁੱਕੇ ਫਸਾਫਸੋ ਕੇ ਲਿਆਂਦਾ ਉਹਦਾਂ ਕੌਮਦੇ ਸਿੰਘ ਸਾਹਿਬਾ ਕਿਉਂ ਕਾਰ ਚੜ੍ਹ ਕੇ ਤਨਾਗੇ ਦੇਥੋ ਲੈ ਕੇ ਇੱਕ ਰੁਕਾ ਫੜਾ ਕੇ ਤੋਰ ਦਿੱਤੇ ਚਾਹਦਾ ਕਾ ਪਿਆ ਕੇ ਕਾ ਜਾਓ ਜਾ ਕੇ ਉੱਥੋਂ ਹੁਕਮ ਬਣਾ ਕੇ ਵੀ ਜਾਰੀ ਕਰ ਦਿਓ ਉਹ ਸਾਰਾ ਕੁਝ ਉਹਦੇ ਸ਼੍ਰੋਮਣੀ ਕਮੇਟੀ ਮੈਂ ਬਣਾਣੀ ਆ ਕਿ ਪਰ ਹੁਣ ਜਦੋਂ ਤੁਸੀਂ ਵਰਕਾ ਖੋਲਤਾ ਕੱਲ ਦਾ ਕਿ ਉਹਨਾਂ ਤੋਂ ਵੀ ਪੁੱਛਿਆ ਗਿਆ ਪ੍ਰੋੜਤਾ ਕਰਵਾਈ ਗਈ ਮੈਨੂੰ ਵੀ ਪਤਾ ਪ੍ਰੋੜਤਾ ਕਰਾਈ ਗਈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਚ ਕਿਉਂ ਲਪੇਟਦੇ ਹੋ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿੱਥੇ ਸੀ ਪੁਰਾਣੀ ਕਮੇਟੀ ਦੀ ਮਿਆਦ ਲੰਘ ਚੁੱਕੀ ਸੀ ਨਵੀਂ ਕਮੇਟੀ ਦਾ ਕੇਸ ਸੁਪਰੀਮ ਕੋਰਟ ਵਿੱਚ ਸੀ ਔਰ ਸੁਪਰੀਮ ਕੋਰਟ ਨੇ ਆਖਿਆ ਸੀ ਨਾ ਇਹ ਮੀਟਿੰਗਾਂ ਕਰੇਗੀ ਨਾ ਸਲਾਨਾ ਜਲਾਸ ਕਰੇਗੀ ਨਾ ਪ੍ਰਧਾਨ ਦੀ ਤੇ ਉਹਦੇ ਤਰ੍ਹਾਂ ਦੀ ਚੋਣ ਕਰੇਗੀ ਜਦ ਤੱਕ ਸੁਪਰੀਮ ਕੋਰਟ ਫੈਸਲਾ ਨਹੀਂ ਕਰਦੀ ਜੈਸੇ ਇੱਥੇ ਜਿਹੜਾ ਕੋ ਜਿੱਥੇ ਖਲੋਤਾ ਉਹ ਰਵੇ ਅਵਤਾਰ ਸਿੰਘ ਮੱਕੜ ਇਸੇ ਕਰਕੇ ਇੰਨੇ ਸਾਲ ਪ੍ਰਧਾਨ ਰਹਿ ਗਿਆ ਕਿਉਂਕਿ ਸੁਪਰੀਮ ਕੋਰਟ ਦਾ ਹੁਕਮ ਸੀ ਉਹਨਾਂ ਦਿਨਾਂ 'ਚ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਜਿਹੜੀ ਉਸ ਵਕਤ ਦੀ ਵਰਕਿੰਗ ਕਮੇਟੀ ਆ ਉਹ ਕੱਲੀ ਕੰਮ ਕਰਦੀ ਸੀ ਪਤਾ ਨਹੀਂ ਉਹ 11 ਕੇ 15 ਜਣੇ ਜਿੰਨੇ ਵੀ ਆ ਉਹਨਾਂ ਚੋਂ 3-4 ਦੋਣਾਂ ਤੇ ਅਕਾਲ ਪੁਰਖ ਦੇ ਚਰਨਾ ਚ ਜਾਵ ਰਹੇ ਬਾਕੀ ਹੈਗੇ ਇਹ ਇੱਥੇ ਫਿਰ ਕਹਿ ਦਿਓ ਕਿ ਜਿਨ੍ਹਾਂ ਨੇ ਉਹਦੇ ਉਹਦੀ ਪ੍ਰੋਟਾ ਕੀਤੀ ਸੀ ਉਹ ਉੱਥੇ ਨਾ ਜਾਣ ਉਹਨਾਂ ਚੋਂ ਦੋ ਜਣੇ ਤਾਂ ਇਸ ਵੇਲੇ ਕੇਸਾਂ ਚ ਉਲਝਿਆ ਹੋ ਸ਼੍ਰੋਮਣੀ ਕਮੇਟੀ ਦੇ اجلاس ਜਾ ਨਹੀਂ ਸਕਦੇ ਜਿਹੜੇ ਬਾਕੀ ਦੇ ਆ ਉਨਾ ਚੋ ਦੋ ਜਣੇ ਦੂਜੇ ਧੜੇ ਦੇ ਆ ਤੇ ਬਾਕੀ ਸਾਰੇ ਬਾਦਲ ਧੜੇ ਦੇ ਆਖ ਦਿਓ ਕਿ ਜਿਨ੍ਹਾਂ ਨੇ ਉਹ ਪ੍ਰੋੜ ਤੱਕ ਕੀਤੀ ਸੀ ਉੱਥੇ ਨਾ ਮੜਨ ਕਰ ਦਿਓਗੇ ਦਾ ਸਾਰੇ ਜਿਨ੍ਹਾਂ ਉਹ ਸੱਚੇ ਸੌਦੇ ਨਾਲ ਸਮਝਾਉਦੇ ਦੀ ਉਹਨੂੰ ਮਾਫੀ ਦੇਣ ਦੀ ਪ੍ਰੋੜ ਤੱਕ ਕੀਤੀ ਸੀ ਕਰਨ ਰੱਖੇ ਜੀ ਔਰ ਮੈਂ ਇੱਕ ਦਿਨ ਅੱਗੇ ਵੀ ਆਖਿਆ ਸੀ ਕਿ ਇਹ ਵੀ ਨਾਲ ਫੈਸਲਾ ਕਰੋ ਭਾਵੇਂ ਕੋਈ ਅਸੈਂਬਲੀ ਦੀਆਂ ਵੋਟਾਂ ਲੈਣ ਗਿਆ ਭਾਵੇਂ ਕੋਈ ਪੰਚਾਇਤ ਦੀਆਂ ਜਾਂ ਪਾਰਲੀਮੈਂਟ ਦੀਆਂ ਵੋਟਾਂ ਮੰਗਣ ਗਿਆ ਜੋ ਮਰਜ਼ੀ ਹੋਵੇ ਭਾਵੇਂ ਕੋਈ ਵੈਸੇ ਉਹਨਾਂ ਦੇ ਸਮਾਗਮ ਜਾ ਕੇ ਬੋਲ ਕੇ ਜਿਹੜਾ ਵੀ ਉਹਨਾਂ ਦੇ ਗਿਆ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਲੰਘਣਾ ਕੀਤੀ ਆ ਉਹਨਾਂ ਸਰਹਣ ਕੋ ਬੋਟ ਦਾ ਹੱਕ ਨਹੀਂ ਹੋਣਾ ਚਾਹੀਦਾ ਤੇ ਨਾਲੇ ਵੀ ਕਹਿ ਦਿਓ ਜਿਹੜੇ ਸਿੰਘ ਸਹਿਬਾਨ ਨੇ ਪੰਜਾਂ ਜਣਿਆਂ ਨੇ ਉਸ ਵਕਤ ਤੁਹਾਨੂੰ ਮਾਫੀ ਦਿੱਤੀ ਸੀ ਸਾਰਾ ਕੁਝ ਕੀਤਾ ਸੀ ਆਪਣੇ ਵੀ ਬੇਇੱਜ਼ਤੀ ਕਰਾਈ ਉਹਨਾਂ ਨੂੰ ਅਜੇ ਤੱਕ ਬਾਹਰ ਕਿਉਂ ਰੱਖੀ ਬੈਠੇ ਜੀ ਉਹਨਾਂ ਨੂੰ ਕਿਉਂ ਨਹੀਂ ਸਾਧਦੇ ਉਹ ਵੀ ਸਾਧ ਲੋਫ ਵਿੱਚ ਇਹ ਖਲਾਰਾ ਪਾਉਣਾ ਬੜੀ ਦੂਰ ਤੱਕ ਜਾਣਾ ਜੀ ਈ ਉਸ ਪਾਸੇ ਲੈ ਜਾਂਦੇ ਜਿਹਦੇ ਨੂੰ ਇਹ ਹੁਣ ਆਖੀ ਤੇ ਜਿਹੜੇ ਕਾਲੀਦਾਰ ਨੂੰ ਹਰ ਕੋ ਟਾਲਣਾ ਚਾਹੁੰਦਾ ਉਹ ਵੀ ਟਾਲਣਾ ਚਾਹੁੰਦਾ ਉਹ ਵੀ ਟਾਲ ਤੁਸੀਂ ਇਹ ਕਾਲੀਦਾਰ ਨੂੰ ਇਕੱਠੇ ਕਰਨਾ ਚਾਹੁੰਦੇ ਆ ਉਹ ਕਹਿੰਦੇ ਭੱਜੀਆਂ ਬਾਹੀਂ ਗੱਲ ਨੂੰ ਆਉਂਦੀਆਂ ਜਿਹੜੇ ਬਾਹਰਲੇ ਉਹ ਵੀ ਕਹਿੰਦੇ ਜੀ ਕਾਲੀਦਾਰ ਅੰਤ ਨੂੰ ਤੇ ਇਕੱਠਾ ਹੋਣਾ ਪਰ ਅਸੀਂ ਸਮਝਦੇ ਲੀਡਰਸ਼ਿਪ ਗਲਤ ਆ ਇਹ ਵੀ ਕਹਿੰਦੇ ਜੀ ਉਹ ਉਹ ਗਲਤ ਹੋ ਕੇ ਵਾਪਸ ਆਪੇ ਆਉਣਗੇ ਮਲੂਕਾ ਸਾਹਿਬ ਵਿਚਾਲੇ ਬੈਠੇ ਆ ਉਹ ਵੀ ਕਹਿੰਦੇ ਜੀ ਅੰਤ ਨੂੰ ਤੇ ਇਕੱਠਾ ਹੋਣਾ ਤੇ ਫਿਰ ਭੱਜੀਆਂ ਬਾਹੀਂ ਗੱਲ ਨੂੰ ਆਉਂਦੀਆਂ ਇਹਦਾ ਮਤਲਬ ਐਸ ਵੇਲੇ ਤੁਸੀਂ ਲੱਗੇ ਜੇ ਵੀ ਬਾਹਾਂ ਚੰਗੀ ਤਰ੍ਹਾਂ ਭੱਜਣ ਤੇ ਭੰਨ ਤੋੜ ਕੇ ਚੂਰ ਕਰਕੇ ਫਿਰ ਇਕੱਠੇ ਵਾਗੇ ਤੁਸੀਂ ਇੱਕ ਦੂਸਰੇ ਪੱਲੇ ਛੱਡਿਆ ਕਿ ਕਿਹੜੇ-ਕਿਹੜੇ ਦੋ ਛੱਡੇ ਕੁਝ ਨਹੀਂ ਲੈ ਤੇ ਬਾਹਰ ਲਿਆ ਨੂੰ ਆਖੀ ਜਾਂਦੇ ਆ ਤੁਸੀਂ ਕਰਦੇ ਕੀ ਪਏ ਆ ਆਪਣੇ ਅੰਦਰ ਦਾ ਜੋ ਕਾਲਾਪਣ ਹੈ ਜੋ ਆਪਣੇ ਅੰਦਰ ਦੀ ਕਾਲਖ ਹੈ ਉਹ ਦੂਜੀਆਂ ਪਾਰਟੀਆਂ ਸਿਰ ਥੱਪਣ ਡਿਆ ਤੇ ਮੰਨੇਗਾ ਕਿਹੜਾ ਆਪਣਾ ਘਰ ਸੰਭਾਲੋ ਦੂਜਿਆਂ ਨੂੰ ਤਾਂ ਕੋਈ ਮਤਲਬ ਨਹੀਂ ਹੋ ਸਕਦਾ ਜੀ ਬਿਲਕੁਲ ਠੀਕ ਪੰਨ ਸਾਹਿਬ ਤੇ ਅੱਗੇ ਵਧਦੇ ਆ ਗੱਲ ਆਮ ਆਦਮੀ ਪਾਰਟੀ ਦੇ ਕਐਮਐਲਏ ਸਾਹਿਬ ਦੀ ਗੱਲ ਕਰਨੀ ਹੈ ਉਹ ਇੱਕ ਸਮਾਗਮ ਚ ਗਏ ਸੀ ਸਕੂਲ ਚ ਗਏ ਸੀਗੇ ਤੇ ਉੱਥੇ ਕਹਿੰਦੇ ਉਹਨਾਂ ਦਾ ਸਵਾਗਤ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੇਰੇ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੋਈ ਹੈ ਤੇ ਉਹਨਾਂ ਨੇ ਜਿਹੜੀ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਹਾਲਾਂਕਿ ਇੱਕ ਚਿੱਠੀ ਜਿਹੜੀ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲੋਂ ਵੀ ਆਈ ਹੈ ਤੇ ਉਸ ਦੇ ਵਿੱਚ ਉਹ ਕਿਹਾ ਗਿਆ ਕਿ ਇਸ ਤਰ੍ਹਾਂ ਜਿਹੜਾ ਉਹ ਬਿਲਕੁਲ ਨਹੀਂ ਕੀਤਾ ਜਾ ਸਕਦਾ ਜਿਹੜਾ ਦੇਖਣਾ ਚਾਹੀਦਾ ਹੈਗਾ ਕਿ ਕੀ ਅਧਿਕਾਰ ਖੇਤਰ ਹੋਣੇ ਚਾਹੀਦੇ ਨੇ ਜਾਂ ਕੀ ਨਹੀਂ ਕੀ ਤੁਹਾਨੂੰ ਲੱਗਦਾ ਇਹ ਪੂਰਾ ਮਾਮਲਾ ਕੀ ਹੈ ਜੀ ਤੇ ਐਮਐਲਏ ਸਾਹਿਬ ਨੂੰ ਗੁੱਸਾ ਕਿ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਗੁੱਸਾ ਚੜਿਆ ਜਾਂ ਨਹੀਂ ਚੜਿਆ ਵਿਧਾਨ ਸਭਾ ਸੈਕਟਰੀਟ ਤੋਂ ਚਿੱਠੀ ਜਾਰੀ ਨਾ ਕੀਤੀ ਜਾਂਦੀ ਤੇ ਜਾਦਾ ਚੰਗਾ ਸੀ ਥੋੜਾ ਸਲਾਹ ਕਰ ਲੈਣੀ ਚਾਹੀਦੀ ਸੀ ਹੁਣ ਵੀ ਕਹਿੰਦੇ ਕਿ ਸਪੀਕਰ ਸਾਹਿਬ ਆਪ ਇਸ ਗੱਲ ਤੇ ਨਰਾਜ ਆ ਕਿ ਕਿਉਂ ਚਿੱਠੀ ਜਾਰੀ ਕੀਤੀ ਇਸ ਕਰਨੀ ਚਾਹੀਦੀ ਸਾਡੇ ਐਮ ਐਲ ਏ ਕਿੱਥੇ ਕਿੱਥੇ ਕੀ ਕੁਝ ਕਰਦੇ ਪਿਆ ਇਥੋਂ ਨਾਲੋਂ ਵੱਧ ਅਸੀਂ ਜਾਣਦੇ ਹਿੰ ਪਿੰਡਾਂ 'ਚ ਗੱਲਾਂ ਕਿਉਂ ਹੁੰਦੀਆਂ ਪਈਆਂ ਨੇ ਤੁਹਾਨੂੰ ਲੋਕਾਂ ਨੇ ਚੁਣਿਆ ਚੁਣਿਆ ਇਸ ਕਰਕੇ ਸੀ ਕਿ ਤੁਸੀਂ ਆਮ ਆਦਮੀ ਜਿਹਦੀ ਸਾਲ ਦੀ ਤਨਖਾਹ 14 ਲੱਖ ਹੈ ਉਹ ਜੇ 34 ਲੱਖ ਦੀ ਗੱਡੀ ਲੈ ਕੇ ਆ ਜਾਂਦਾ ਤੇ ਲੋਕਾਂ ਨੂੰ ਦਿਸਦਾ ਨਹੀਂ ਕਿੱਥੋਂ ਆ ਰਿਹਾ ਪੈਸਾ ਇਹਦੇ ਕੋਲ ਉੱਠ ਕੇ ਤੁਰ ਪੈਂਦੇ ਟੀਚਰਾਂ ਦੀ ਸ਼ਿਕਾਇਤ ਕਰਨ ਕੋਈ ਉੱਠਦਾ ਤੇ ਟਰੱਕ ਯੂਨੀਅਨਾਂ ਨੂੰ ਘਿਰ ਕੇ ਕਹਿੰਦਾ ਤੁਸੀਂ ਪਿਛਲੇ ਨੂੰ ਟ੍ਰੈਵਲ ਪੈਸੇ ਦਿੰਦੇ ਸੀ ਸਾਨੂੰ ਕਿਉਂ ਨਹੀਂ ਦਿੰਦੇ ਇਹਦਾ ਮਤਲਬ ਤੁਸੀਂ ਫਿਰ ਪਿਛਲਿਆਂ ਵਰਗੇ ਹੋਗੇ ਕੋਈ ਕਹਿੰਦਾ ਮੈਨੂੰ ਟੀਚਰ ਨੇ ਸਲੂਟ ਨਹੀਂ ਮਾਰਿਆ ਮੈਂ ਇੱਕ ਵਾਰੀ ਗਿਰੰਦਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਹੁੰਦੇ ਸੀ ਪ੍ਰਵੀਨ ਕੁਮਾਰ ਉਹਨਾਂ ਨੂੰ ਨਾਲ ਲੈ ਕੇ ਚਲਾ ਗਿਆ ਸੀ ਚੀਮੇਸ ਕਲਾਸ ਸਕੂਲ ਚ ਜੀ ਪ੍ਰਿੰਸੀਪਲ ਸਾਹਿਬ ਨੇ ਵੇਖਿਆ ਕਿ ਐਡੀ ਸਾਹਿਬ ਆਏ ਉੱਠ ਕੇ ਪਾਸੇ ਹੋ ਕੇ ਕਹਿੰਦੇ ਸਰ ਉੱਥੇ ਤੁਸੀਂ ਬੈਠੋ ਐਡੀਸ਼ਨਲ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਨੇ ਆਖ ਕੇ ਕਹਿੰਦਾ ਮੈਂ ਬਚਪਨ ਤੋਂ ਟੀਚਰ ਦੇ ਇਸ਼ਤਤ ਕਰਦਾ ਆ ਜੀ ਸਵਾਲ ਇਹ ਨਹੀਂ ਕਿ ਮੈਂ ਏਡੀ ਸੀ ਹਾਂ ਜਦੋਂ ਮੈਂ ਉੱਥੇ ਬੈਠੂਗਾ ਤੁਹਾਡੇ ਸਕੂਲ ਦੇ ਬੱਚੇ ਕੀ ਸਮਝਣਗੇ ਤੁਹਾਡਾ ਤੋਂ ਵੱਡਾ ਕੋਈ ਹੋਗਾ ਫੇਰ ਸਕੂਲ ਚ ਪ੍ਰਿੰਸੀਪਲ ਦੀ ਪੋਸਟ ਤੁਹਾਡੀ ਤੁਸੀਂ ਉੱਥੇ ਬੈਠੋਗੇ ਮੈਂ ਤੁਹਾਡੇ ਸਾਹਮਣੇ ਬੈਠੂਗਾ ਮੈਂ ਐਸੋੜੇ ਏਡੀ ਸੀ ਨਹੀਂ ਮੈਂ ਬ ਟੀਚਰ ਦੀ ਇੰਨੇ ਰਿਸਪੈਕਟ ਦਿਆ ਦੂਸਰੇ ਦੇਸ਼ਾਂ ਵਿੱਚ ਪ੍ਰਾਈਮ ਮਿੰਿਸਟਰ ਵੀ ਆਪਣੇ ਬੱਚੇ ਵਾਸਤੇ ਜਾਵੇ ਤੇ ਬਾਹਰ ਖਲੋ ਕੇ ਡੀਕਦਾ ਕਿ ਮੈਂ ਟੀਚਰ ਨੂੰ ਮਿਲਣਾ ਸਾਡੇ ਕੋਲ ਇੱਥੇ ਫੰਨੇ ਖਾਂ ਇੱਥੇ ਸਰਪੰਚ ਦਾ ਟੋਰੀ ਨਹੀਂ ਮਾਣ ਹਰ ਕੋ ਸਮਝਦਾ ਜੇ ਤੁਰੇ ਤੁਸੀਂ ਇਸ ਗੱਲ ਤੋਂ ਕਿਸੀ ਆਮ ਆਦਮੀ ਪਾਰਟੀ ਦੇ ਨਮਾਇਦੇ ਆ ਆਮ ਆਦਮੀ ਪਾਰਟੀ ਦੇ ਨਮਾਇਦੇ ਹੁਣ ਖਾਸ ਵੀ ਨਹੀਂ ਖਾਸ ਹੋਲ ਖਾਸ ਬਣ ਜਾਓ ਇਹ ਨਹੀਂ ਤਰੀਕਾ ਚੱਲਣਾ ਇਹ ਦਿਨ ਤੁਹਾਨੂੰ ਸਮਝ ਲੱਗਦੀ ਕਿ ਤੁਹਾਡੀਆਂ ਥੱਲੇੋਂ ਜੜਾਂ ਜੜੀਆਂ ਖੋਖਲੀਆਂ ਆਂਦੀਆਂ ਆਂਦੀਆਂ ਆਪਣੀਆਂ ਜੜਾਂ ਵੱਲ ਵੇਖੋ ਅਗਲੀ ਵਾਰੀ ਲੋਕਾਂ ਦੇ ਸਾਹਮਣੇ ਜਾਣਾ ਕਿ ਨਹੀਂ ਕਿਸੇ ਦੇ ਮੱਥੇ ਲੱਗਣਾ ਕਿ ਨਹੀਂ ਇਹ ਗਲੀਆਂ ਗਲੀਆਂ ਜਦੋਂ ਪਾਉਂਗੇ ਮਿਹਰ ਦੇ ਸਾਲ ਤੇ ਦੋ ਰਹਿ ਗਏ ਇੰਨਾ ਦੋ ਸਾਲਾਂ ਤੋਂ ਬਾਅਦ ਲੋਕ ਧਰਨਾ ਕੀ ਕਰਨਗੇ ਕੋਈ ਆਪ ਚੰਦ ਚੜੀ ਜਾਂਦਾ ਕਿਸੇ ਦੀ ਪਤਨੀ ਉੱਠ ਕੇ ਡੀਸੀ ਦੇ ਨਾਲ ਪੈ ਜਾਂਦੀ ਆ ਕਿਸੇ ਦਾ ਪਿਓ ਪੁੱਠੇ ਕੰਮ ਕਰੀ ਜਾਂਦਾ ਇਹ ਸਾਰੇ ਕੰਮ ਜਿਹੜੇ ਇਹਨਾਂ ਕਰਨੇ ਸ਼ੁਰੂ ਕੀਤੇ ਆ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਮੁਸ਼ਕਲਾਂ ਪੈਦਾ ਕਰ ਰਿਹਾ ਆਪਣੀ ਪਾਰਟੀ ਵਾਸਤੇ ਮੁਸ਼ਕਲਾਂ ਪੈਦਾ ਕਰ ਰਿਹਾ ਨਾਲ ਆਪਣੇ ਭੁਖ ਦੇ ਉਤੇ ਲਕੀਰ ਮਾਰ ਰਿਹਾ ਕੋਈ ਨਹੀਂ ਉਹ ਬਹੁਤਾ ਸਮਾਂ ਨਹੀਂ ਰਿਹਾ ਕਿ ਜਾਣ ਤੋ ਉਹਨਾਂ ਲੋਕਾਂ ਕੋਲ ਹੀ ਪੈਣਾ ਹੈ ਜਿਹਨਾਂ ਹਮਤੰਕਰਦੇ ਪਏ ਹਾਂ ਜੀ ਉਦੋਂ ਫਿਰ ਤੁਹਾਨੂੰ ਆਟੇ ਦਾਲ ਦਾ ਪਾਪ ਪਤਾ ਲੱਗ ਜਾਊਗਾ ਪੰਸਾਬ ਕਹਿੰਦੇ 200 ਕਰੋੜ ਦਾ ਕਪੜਾ ਹੋਇਆ ਸੀ ਘਟਾਲਾ ਹੋਇਆ ਸੀਗਾ ਕੁਝ ਸਮੇਂ ਪਹਿਲਾਂ ਤੇ ਹੁਣ ਕਹਿੰਦੇ ਕਿ ਉਹ ਜਿਹੜਾ ਦੋਸ਼ੀ ਸੀਗਾ ਕਪੜਾ ਕਰਨ ਵਾਲਾ ਸੀ ਉਹ ਹੁਣ ਫੜਿਆ ਗਿਆ ਇਹ ਪੰਸਾਬ ਪੂਰਾ ਮਾਮਲਾ ਕੀ ਹੈ ਜੀ ਅਹੀਂ ਤੇ ਬਚਪਨ ਚ ਸੁਣਦੇ ਆਏ 5-700 ਫਲਾਣਾ ਖਾ ਗਿਆ ਫਿਰ ਸੁਣ ਲੈਪੇ 5-7000 ਫਿਰ 5-7 ਲੱਖ ਫਿਰ 5-7 ਕਰੋੜ ਕਮਾਲ ਦੀ ਗੱਲ ਹੁਣ 2-200 ਕਰੋੜ ਦੇ ਕਪੜੇ ਹੋਣਦੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਕੋਈ ਕਪੜਾ ਵੀ ਆ ਸੀ ਅੱਜ ਪੰਜਾਬ ਚ ਪੁੱਛੋ ਕਿਸੇ ਨੂੰ ਕਿਹਨੂੰ ਚੇਤਾ ਗਿਆ ਇੱਥੇ ਕੋਈ ਕਪੜਾ ਹੋਇਆ ਸੀ ਔਰ ਉਹ ਵੀ 200 ਕਰੋੜ ਦਾ ਸੀ 2018 ਦਾ ਕੇਸ ਹੈ ਜੇ ਅਪ੍ਰੈਲ ਜਾਂ ਜੂਨ ਦਾ ਜਿੰਨਾ ਕੋਈ ਚੇਤਾਉਂਦਾ ਜੀ ਗਰਮੀਆਂ ਸੀ ਜੰਡਿਆਲੇ ਗੁਰੂ ਚ ਇੱਕ ਸ਼ੈਲਰ ਦਾ ਰੌਲਾ ਪੈ ਗਿਆ ਕਿ ਉੱਥੇ ਜਿੰਨਾ ਮਾਲ ਸੀ ਉਹ ਲਾ ਕੇ ਬੈਂਕ ਤੋਂ ਭਾਰਤ ਸਰਕਾਰ ਦੇ ਬੈਂਕ ਤੋਂ ਪੈਸਾ ਲੈ ਲਿਆ ਗਿਆ 200 ਕਰੋੜ ਦੀ ਠੱਗੀ ਕੀਤੀ ਗਈ ਜਦੋਂ ਸ਼ਿਕਾਇਤ ਗਈ ਉੱਤੇ ਤੇ ਅਗਲੇ ਪੜਤਾਲ ਕਰਨ ਵਾਸਤੇ ਆਏ ਕਿੱਥੇ ਅਖਾਈ ਚਾਬੀਆਂ ਕਿ ਬਾਜ ਗਈਆਂ ਮੈਨੇਜਰ ਸਾਹਿਬ ਕਿੱਥੇ ਆਖਦੇ ਜਿਉਂ ਇੱਥੇ ਨਹੀਂ ਜ਼ਿਲ੍ਹੇ ਦਾ ਮੈਨੇਜਰ ਕਿੱਥੇ ਉੱਤੇ ਲੱਭਦਾ ਨਹੀਂ ਫਲਾਣਾ ਕਿੱਥੇ ਟਮਕਾਣਾ ਕਿੱਥੇ ਕੋਈ ਲੱਭੇ ਨਹੀਂ ਚਾਬੀਆਂ ਵੀ ਗਵਾਜ ਗਏ ਚਾਬੀਆਂ ਵਾਲੇ ਵੀ ਗਵਾਜ ਗਏ ਫਿਰ ਯਸਟਰਡੇ ਦੀ ਡਿਊਟੀ ਲਾ ਕੇ ਜੋ ਤਾਲੇ ਖੋਲੇ ਤੇ ਅੰਦਰ ਉੱਲੂ ਬੋਲਦੇ ਸੀ ਵਿੱਚ ਮਾਲ ਹੀ ਨਹੀਂ ਮਾਲ ਕਿੱਥੇ ਚਲਾ ਗਿਆ ਫਿਰ ਪੜਤਾਲ ਸ਼ੁਰੂ ਹੋਈ ਉਹਦੇ ਬਾਅਦ ਬਕਾਇਦਾ ਵਿਜੀਲੈਂਸ ਨੇ ਕੇਸ ਬਣਾਇਆ ਸੀ ਉਹ ਕੇਸ ਜਦੋਂ ਬਣਾਤਾ ਗਿਆ ਉਹਦੇ 'ਚ ਗੁਰਸ਼ਿੰਦ ਦਾ ਨਾਮ ਹੀ ਆਉਂਦਾ ਸੀ ਜ਼ਿਲ੍ਹੇ ਦੇ ਖੁਰਾਕ ਸਪਲਾਈ ਕੰਟਰੋਲਰ ਦਾ ਉਹਦੇ ਨਾਲ ਦੇ ਡਿਸਟ੍ਰਿਕਟ ਫੂਡ ਸਪਲਾਈ ਅਫਸਰ ਦਾ ਅਸਿਸਟੈਂਟ ਫੂਡ ਸਪਲਾਈ ਅਫਸਰ ਦਾ ਹਿਟਲਾ ਹਮਲਾ ਪਹਿਲਾਂ ਕਈਆਂ ਦੇ ਨਾਂ ਆਉਂਦੇ ਸੀ ਡਿਪੋ ਮੈਨੇਜਰ ਦਾ ਨਾਂ ਆਉਂਦਾ ਸੀ ਉਹਨਾਂ ਵਿੱਚੋਂ ਕੁਝ ਲੋਕ ਗ੍ਰਿਫਤਾਰ ਹੋਏ ਕਾਫੀ ਸਮਾਂ ਜੇਲ੍ਹ ਚ ਵੀ ਰਹੇ ਬਾਅਦ ਚ ਜ਼ਮਾਨਤਾਂ ਹੋ ਗਈਆਂ ਜ਼ਮਾਨਤਾਂ ਹੋਣ ਤੋਂ ਬਾਅਦ ਉਹਨਾਂ ਦਾ ਕੇਸ ਕਿੱਸੇ ਚੱਲਦਾ ਪਿਆ ਸੀ ਤੇ ਇਹ ਵੱਡਾ ਘਾਉ ਕੱਪ ਬੰਦਾ ਜਿਹੜਾ ਸੀ ਹੁਣ ਤੱਕ ਕਾਬੂ ਨਹੀਂ ਸੀ ਆਉਂਦਾ ਫਿਰ ਪਤਾ ਲੱਗਾ ਇਹਨੇ ਹੋਰ ਵੀ ਦੋ ਤਿੰਨ ਥਾਵਾਂ ਤੇ ਚੰਦ ਚਾੜੇ ਸੀ ਇੱਕ ਤਾਂ ਦਿੱਲੀ 에ਰਪੋਰਟ ਤੇ ਚਲਾ ਗਿਆ ਕੋਸ਼ਿਸ਼ ਕੀਤੀ ਹੋਗੀ ਕਿ ਚੁੱਪ ਕਰਕੇ ਸਲਿੱਪ ਕਰ ਜਾ। ਅੱਜ ਕੱਲ ਦਿੱਲੀ 에ਰਪੋਰਟ ਤੇ ਸਖਤੀ ਬੜੀ ਐ। ਜਿਹਦਾ ਨਾਂ ਚਲਾ ਜਾਂਦਾ ਉਹ ਫਿਰ ਕਾਬੂ ਹੋ ਜਾਂਦਾ। ਇਹਨੇ ਕਿਤੇ ਇੱਕ ਬੇਨਤੀ ਕੀਤੀ ਸੀ ਕਿ ਮੈਂ ਤੇ ਪੇਸ਼ ਹੋਣ ਨੂੰ ਤਿਆਰ। ਤੇ ਅਦਾਲਤ ਨੇ ਇਹਦੇ ਖਿਲਾਫ ਜਿਹੜਾ ਐਲਓਸੀ ਜਾਰੀ ਹੋਇਆ ਸੀ। ਲੁਕਆਊਟ ਕਾਰਨਰ ਜਿਹਦਾ ਮਤਲਬ ਏ ਕਿ 에ਰਪੋਰਟ ਤੇ ਕਿਤੇ ਵੀ ਆ ਜੇ। ਭਾਵੇਂ ਅੰਮ੍ਰਿਤਸਰ ਆ ਜੇ ਤੇ ਭਾਵੇਂ ਕੇਰਲਾ ਕਰਨਾਟਕਾ ਚਲ ਜੇ ਜਿੱਥੇ ਵੀ ਹੋਵੇ। ਕੰਪਿਊਟਰ ਤੇ ਸਾਰਿਆਂ ਦੇ ਕੋਈ ਚੱਲਦੇ ਆ। ਤੈਨੂੰ ਫੜ ਕੇ ਬਿਠਾ ਲਓ। ਅਦਾਲਤ ਨੇ ਉਹ ਰੋਕ ਕੇ ਤੈਨੂੰ ਆਖਿਆ ਸੀ 30 ਸਤੰਬਰ ਤੱਕ ਯਾਨੀ ਪਿਛਲਾ ਮਹੀਨਾ ਲੰਘ ਗਿਆ। ਉਹਦੇ ਅਖੀਰਲੇ ਦਿਨ ਤੱਕ ਪੇਸ਼ ਹੋ ਜਾਏ। ਇਹਨੇ ਐਲਓਸੀ ਜਿਹੜਾ ਸੀ ਉਹ ਕੱਟੇ ਜਾਣ ਤੋਂ ਬਾਅਦ ਪੇਸ਼ ਹੋਣ ਦਿੱਤਾ ਇੱਧਰ ਉੱਧਰ ਰਾਹ ਲੱਭਣੇ ਸ਼ੁਰੂ ਕਰਤੇ। ਚੁੱਪਚੀਪ ਇਤੇ ਕਹਿੰਦੇ 에어ਪੋਰਟ ਤੇ ਚਲੇਗਾ ਉੱਥੇ ਕਿਸੇ ਕੋਲੋਂ ਗੱਲ ਹੋ ਗਈ ਹੋਵੇਗੀ। ਫੜਿਆ ਗਿਆ ਹੁਣ ਪੰਜਾਬ ਪੁਲਿਸ ਲੈ ਗਈ। ਜਦੋਂ ਪੰਜਾਬ ਪੁਲਿਸ ਲਿਆਵੇਗੀ ਤੇ ਅਗਲਾ ਸਵਾਲ ਇਹ ਆਕੇ ਦਾ ਬੜੇ ਗੱਕੀ। ਜੀ। ਸਾਡੇ ਅੱਗੇ ਪੰਜਾਬ ਚ ਕਹਿੰਦੇ ਨੇ ਸੀ ਚੋਰ ਨੂੰ ਖਾਂਦੇ ਨੂੰ ਨਹੀਂ ਵੇਖੀਦਾ ਚੋਰ ਨੂੰ ਕੁੱਟੀ ਦੇ ਨੂੰ ਵੇਖੀਦਾ ਹੁਣ ਲੋਕੇ ਕਹਿੰਦੇ ਆ ਜੀ ਚੋਰ ਫੜੀਚਦਾ ਨਹੀਂ ਵੇਖੀਦਾ ਚੋਰ ਨੂੰ ਛੁੱਟੀ ਦੇ ਨੂੰ ਵੇਖੀਦਾ ਇੱਥੇ ਇੱਕ ਵਾਰੀ 1981-82 ਚ ਬਹੁਤ ਵੱਡਾ ਘਟਾਲਾ ਆਇਆ ਸੀ ਉਦੋਂ ਰੂਸ ਚ ਕਾਮਰੇਡਾਂ ਦਾ ਰਾਜ ਹੁੰਦਾ ਸੀ ਕਿਸੇ ਨੇ ਸ਼ਿਕਾਇਤ ਕਰਤੀ ਕਿ ਪੰਜਾਬ ਤੋਂ ਇੱਕ ਮਾਲ ਗੱਡੀ ਪੂਰੀ ਦੀ ਪੂਰੀ ਜਿਹੜੀ ਗਈ ਆ ਮਾਸਕੋ ਨੂੰ ਕਣਕ ਤੇ ਚੌਲ ਗਏ ਆ ਪਰ ਅੱਧੇ-ਅੱਧੇ ਵਿੱਚ ਹੈਗੀ ਐਜੰਸੀ ਤੇ ਅੱਧੇ-ਅੱਧੇ ਵਿੱਚ ਇਟਵੱਟੇ ਤੇ ਰੋੜ ਪਾ ਕੇ ਭੇਜ ਦਿੱਤੇ। ਤੇ ਦਿੱਲੀ ਚ ਰੂਸ ਦੀ ਐਮਬੈਸੀ ਚ ਜਿਹੜੇ ਦੋ ਜਣੇ ਖੁਰਾਕ ਦਾ ਪ੍ਰਬੰਧ ਕਰਨ ਵਾਲੇ ਉਹ ਨਾਲ ਰਲੇ ਹਿੱਸਾ ਪਤੀ ਲੈਂਦੇ। ਉਹ ਜਣੇ ਸੀ ਸ਼ਿਪ ਦੇ ਉੱਤੇ ਜਾਂਦੇ ਟਾਈਮ ਲੱਗਣਾ ਸਮੀਨਾ। ਉਹਨੇ ਚਿੱਤ ਤੱਕ ਉਹਨੇ ਮੀਟਿੰਗ ਦਾ ਬਹਾਨਾ ਬਣਾ ਕੇ ਉਹਨਾਂ ਦੋਵਾਂ ਨੂੰ ਉੱਥੇ ਸੱਦ ਲਿਆ। ਮੀਟਿੰਗਾਂ ਕਰਦੇ ਰਹੇ। ਜਦੋਂ ਉਹ ਸ਼ਿਪ ਆ ਕੇ ਲੱਗੇ ਤੇ ਉਹਨਾਂ ਨਾਲ ਲੈ ਕੇ ਚਲੇ ਗਏ ਵੀ ਜਿਹੜੀ ਤੁਸੀਂ ਉੱਥੋਂ ਡਿਸਪੈਚ ਕਰਾ ਕੇ ਆਇਆ ਆਪਾਂ ਖੋਲਣੀ। ਕੋਲ ਲੱਗਤੇ ਅਧੀਆਂ-ਅਧੀਆਂ ਬੋਰੀਆਂ 'ਚ ਗੰਦ ਉਹਨਾਂ ਸਬਰੀ ਟ੍ਰਾਇਲ ਕੀਤਾ ਜੀ ਸਬਰੀ ਟ੍ਰਾਇਲ ਹੁੰਦਾ ਕਿ ਫਟਾਫਟ ਕਾਰਵਾਈ ਤੇ ਥੋੜੇ ਦਿਨਾਂ ਦੇ ਬਾਅਦ ਹੀ ਰੱਬ ਨੂੰ ਪਿਆਰੇ ਕਰਤੇ ਉਹ ਵੀ ਦੋਵੇਂ ਤੇ ਜਿਹੜੇ ਅਗਲੇ ਪਾਸੇ ਰਲੇ ਸੀ ਉਹ ਵੀ ਸਾਡੇ ਵਾਲਿਆਂ ਦੇ ਇੱਥੇ ਹੋਇਆ ਕਿ ਸਾਰੇ ਫੜ ਲਏ 30-40 ਜਣੇ ਫੜ ਲਏ ਉਹਨਾਂ ਤੇ ਕੇਸ ਬਣ ਗਏ 8-8 10-10 ਸਾਲ ਕੇਸ ਚੱਲਦੇ ਰਹੇ ਉਹ ਸਸਪੈਂਡ ਹੋ ਗਏ ਬਾਅਦ 'ਚ ਸਾਰੇ ਬਹਾਲ ਹੋ ਗਏ ਉਹਨੇ ਸਮੇਂ ਦੇ ਬਕਾਇਆ ਵੀ ਉਹਨਾਂ ਨੂੰ ਮਿਲ ਗਏ ਉਹਨੇ ਸਮੇਂ ਦੀਆਂ ਤਰੱਕੀਆਂ ਵੀ ਜਿਹੜਾ ਉਸ ਵਕਤ ਅਸਿਸਟੈਂਟ ਫੋਰਟ ਸਪਲਾਈ ਅਫਸਰ ਹੁੰਦਾ ਸੀ ਜੀ ਉਹ ਡਿਸਟ੍ਰਿਕਟ ਫੋਰਟ ਸਪਲਾਈ ਅਫਸਰ ਵੀ ਛੱਡ ਕੇ ਡਿਸਟ੍ਰਿਕਟ ਫੋਰਟ ਕੰਟਰੋਲਰ ਬਣ ਗਿਆ ਫਿਰ ਉਹੀ ਗੱਲ ਹੋਈ ਨਾ ਕਿ ਚੋਰ ਨੂੰ ਫੜੀ ਦੇਣ ਨਹੀਂ ਵੇਖੀਦਾ ਚੋਰ ਨੂੰ ਛੁੱਟੀ ਦੇਣ ਵੇਖੀਦਾ ਜੀ ਇੱਥੇ ਆ ਥੋੜੇ ਇਹੋ ਹੀ ਹਾਲ ਹੈ ਕਿ بڑے بڑے ਚੋਰ ਫੜੇ ਜਾਂਦੇ ਫਿਰ ਛੁੱਟ ਜਾਂਦੇ ਆ ਜੇ ਇਦਾਂ ਹੀ ਕੰਮ ਚੱਲਦਾ ਰਹਿਣਾ ਤੇ ਕੰਮ ਔਖਾ ਜੀ ਪਰ ਸਭ ਹੁਣ ਅੱਗੇ ਗੱਲ ਭੀੜ ਤੰਤਰ ਦੀ ਕਰਨੀ ਹੈ ਦੇਸ਼ ਲਗਾਤਾਰ ਭੀੜ ਤੰਤਰ ਵੱਲ ਵਧਦਾ ਜਾ ਰਿਹਾ ਜਿਹਨੂੰ ਇੱਕ ਕਲਫਸ ਦੇ ਤਰ੍ਹਾਂ ਦਾ ਮੋਬ ਲਿੰਚਿੰਗ ਪਿਛਲੇ ਦਿਨਾਂ ਦੇ ਵਿੱਚ ਵੀ ਯੂਪੀ ਤੋਂ ਰਾਜਸਥਾਨ ਤੋਂ ਉੱਤ ਪ੍ਰਦੇਸ਼ ਤੋਂ ਹਰਿਆਣਾ ਤੋਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਸਭ ਕੁਝ ਹੁੰਦਾ ਹੋਇਆ ਵਿਖਾਈ ਦਿੱਤਾ ਹਰਿਆਣਾ ਦੇ ਦਾਦਰੀ ਦੇ ਵਿੱਚ ਪਿਛਲੇ ਦਿਨਾਂ ਚ ਇੱਕ ਘਟਨਾ ਵਾਪਰੀ ਸੀਗੀ ਤੇ ਕਹਿੰਦੇ ਉੱਥੇ ਜਿਹੜਾ ਉਹ ਨੌਜਵਾਨ ਸੀ ਆ ਕੁੱਟ-ਕੁੱਟ ਕੇ ਮਾਰਿਆ ਸੀ ਜਿਹਨੂੰ ਉਹਦੇ ਕੋਲੋਂ ਕਹਿੰਦੇ ਗਾਂ ਦਾ ਮਾਸ ਮਿਲਿਆ ਸੀਗਾ ਜਾਂ ਗਾਂ ਦਾ ਮਾਸ ਉਹਨੇ ਖਾਦਾ ਸੀਗਾ ਹੁਣ ਖਬਰੇ ਆਈ ਹੈ ਕਿ ਉਹ ਗਾਂ ਦਾ ਮਾਸ ਨਹੀਂ ਸੀਗਾ ਇਹ ਪੂਰਾ ਮਾਮਲਾ ਇਹ ਤਾਂ ਹੋਣਾ ਹੀ ਹੈ ਦਾਦਰੀ ਦੀ ਖਬਰ ਹੈ ਹਾਂਜੀ ਜਦੋਂ 2014 ਚ ਨਰਿੰਦਰ ਮੋਦੀ ਸਰਕਾਰ ਬਣੀ ਤੇ 2 ਮਹੀਨਿਆਂ ਦੇ ਅੰਦਰ ਅੰਦਰ ਹੀ ਦਾਦਰੀ ਯੂਪੀ ਚ ਉੱਪਰਲੇ ਪਾਸੇ ਜੀ ਉਹਦੇ ਨਾਲ ਦੇ ਪਿੰਡ ਦੇ ਵਿੱਚ ਇੱਕ ਗਰੀਬ ਨਲਕੇ ਰਿਪੇਅਰ ਕਰਨ ਵਾਲਾ ਬੰਦਾ ਸੀ ਉਹਨੂੰ ਜਾ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਉਹਦੇ ਘਰ ਮੰਜੇ ਦੇ ਪਾਵੇ ਵੀ ਪੂਰੇ ਨਹੀਂ ਥੱਲੇ ਇਟਾਂ ਰੱਖੀਆਂ ਸੀ ਉਹੋ ਹੀ ਈਟਾਂ ਕੱਢ ਕੇ ਸਿਰ 'ਚ ਮਾਰ-ਮਾਰ ਕੇ ਮਾਰ ਦਿੱਤਾ ਗਿਆ ਮੁੰਡਾ ਉਹਦਾ ਜ਼ਖਮੀ ਹੋ ਗਿਆ ਤੇ ਦੂਸਰਾ ਪੁੱਤ ਉਹਦਾ ਫੌਜ ਵਿੱਚ ਦੇਸ਼ ਦੀ ਸੇਵਾ ਕਰਦਾ ਪਿਆ ਉਹ ਕਾਰਗਿਲ ਦੀ ਜੰਗ ਲੜ ਚੁੱਕਾ ਸੀ ਦੋਸ਼ ਕਿ ਲਿਆ ਕਹਿੰਦੇ ਗਾਂ ਦਾ ਮਾਸ ਖਾਂਦਾ ਕਿੱਥੋਂ ਮਿਲਿਆ ਤੁਹਾਨੂੰ ਕਿਦਾਂ ਪਤਾ ਲੱਗਾ ਕਹਿੰਦੇ ਫ੍ਰਿਜ ਪਿਆ ਸੀ ਘਰ ਘਰ ਫ੍ਰਿਜ ਕਿਦੋਂ ਉਹਦਾ ਫੌਜੀ ਪੁੱਤ ਲਿਆ ਕੇ ਦੇ ਗਿਆ ਸੀ ਉਹ 'ਚ ਹੈਗਾ ਸੀ ਮੀਟ ਬਾਅਦ 'ਚ ਕਹਿੰਦੇ ਜੀ ਉਹ ਤਾਂ ਗਾਂ ਦਾ ਮਾਸ ਆ ਜੀ ਕਹਿੰਦੇ ਗਾਂ ਦੇ ਮਾਸ ਦਾ ਸੈਂਪਲ ਕਿਨੇ ਲਿਆ ਪੁਲਿਸ ਨੇ ਜਾ ਖੁਰਾਕ ਸਪਲਾਈ ਵਿਭਾਗ ਆਇਆ ਜਾਂ ਫੂਡ ਸੇਫਟੀ ਵਾਲੇ ਆਏ ਕੋ ਡਾਕਟਰ ਆਏ ਜੀ ਇਹਨਾਂ ਬੰਦਿਆਂ ਨੂੰ ਕਿਹਨੇ ਅਧਿਕਾਰ ਦਿੱਤਾ ਉਹ ਗਾਂ ਦਾ ਮਾਸ ਸੀ ਕਿ ਨਹੀਂ ਉਹ ਤੋਂ ਬਾਅਦ 10 ਕੇਸ ਇਹੋ ਜਿਹਾ ਹੋ ਗਿਆ ਛੇ ਜਿਆਦਾ ਹੋ ਗਿਆ ਇੱਥੇ ਬੰਦੇ ਮਾਰਤੇ ਬਾਅਦ ਚ ਪਾਇ ਲਗਾ ਕਿ ਮਾਸ ਤਾਂ ਸੀਗਾ ਪਰ ਉਹ ਗਾਂ ਦਾ ਨਹੀਂ ਸੀ ਹੁਣ ਦੋ ਮਹੀਨੇ ਪਹਿਲਾਂ ਦੀ ਗੱਲ ਹੈ ਸਾਡੇ ਗਵਾਂਢ ਦਾਦਰੀ ਦੇ ਵਿੱਚ ਗੁੜਗਾਉਂ ਦੇ ਉਰਲੇ ਪਾਸੇ ਹੀ ਆ ਉੱਥੇ ਇੱਕ ਮੁੰਡਾ ਮਾਰ ਦਿੱਤਾ ਕੁੱਟ ਕੇ ਉਹ ਸ਼ਾਇਦ ਬੰਗਾਲੀ ਸੀਗਾ ਤੇ ਕਸਬੇ ਦੇ ਬਾਹਰ ਝੁੱਗੀਆਂ 'ਚ ਰਹਿੰਦਾ ਸੀ ਉੱਥੇ ਉਹਨੂੰ ਸੱਦ ਕੇ ਲਿਆ ਤੇਰੇ ਨਾਲ ਗੱਲ ਕਰਨੀ ਹੈ ਕੁੱਟਣ ਲੱਗ ਪਏ ਤੂੰ ਮਾਸ ਖਾਣਾ ਤੇਰਾ ਖਾਣਾ ਉਹ ਕਹਿੰਦਾ ਤੂੰ ਗਾਂ ਦਾ ਮਾਸ ਖਾਣਾ ਉਹਨੇ ਅਖਰ ਨਹੀਂ ਮੈਂ ਨਹੀਂ ਖਾਂਦਾ ਉਹਨੂੰ ਕੁੱਟਣ ਲੱਗ ਪਏ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦੁਬਾ ਬਣਾਤਾ ਤੇ ਫਿਰ ਉਤੋਂ ਮਨਾ ਲਿਆ ਕਿ ਹਾਂ ਗਾਂ ਦਾ ਮਾਸ ਖਾਣਾ ਫਿਰ ਫੜ ਕੇ ਪੋਰਸ ਕੋਲ ਲੈ ਗਏ ਕਿ ਗਾਂ ਦਾ ਮਾਸ ਖਾਂਦਾ ਤੇਰੇ ਘਰ ਵੀ ਹੈਗਾ ਹੈਗਾ ਉਥੋਂ ਘਰੋਂ ਜਾ ਕੇ ਗਾਂ ਦਾ ਮਾਸ ਚੁੱਕ ਲਿਆ ਹੁੰਦਾ ਉਹਦੇ ਸੈਂਪਲ ਭੇਜ ਦਿੱਤੇ ਫਰੀਦাবাদ ਤੋਂ ਫੋਰੈਂਸਿਕ ਲੈਬਾਰਟਰੀ ਚੋਂ ਰਿਪੋਰਟ ਆਈ ਹੈ ਉਦੋਂ ਵੀ ਸਰਕਾਰ ਭਾਜਪਾ ਦੀ ਸੀ ਹੁਣ ਵੀ ਸਰਕਾਰ ਭਾਜਪਾ ਦੀ ਆ ਪੁਲਿਸ ਵੀ ਉਹ ਆ ਉਹਨਾਂ ਦੀ ਆ ਕੋਈ ਬਾਹਰਲੀ ਨਹੀਂ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਮੰਨਿਆ ਕਿ ਜਿਹੜੀ ਉਥੋਂ ਰਿਪੋਰਟ ਆਈ ਹੈ ਉਹਦੇ ਵਿੱਚ ਮਾਸ ਜਿਹੜਾ ਬੀਫ ਹੈਗਾ ਪਰ ਬੀਫ ਕੱਲਾ ਗਾਂ ਦਾ ਨਹੀਂ ਹੁੰਦਾ ਮੱਝ ਦਾ ਵੀ ਹੁੰਦਾ ਮਜਦਾਬਾਸ ਖੰਡ ਤੇ ਕੋਈ ਪਾਬੰਦੀ ਨਹੀਂ ਅੱਗੇ ਇੱਕ ਵਾਰੀ ਦਿੱਲੀ ਚ ਕੇਰਲਾ ਭਵਨ ਤੇ ਜਾਵੜੇ ਸੀ ਭੀੜ ਜਾਵੜੀ ਤੁਹਾਡੇ ਜੀ ਇੱਥੇ ਮੈਨੂ ਚ ਲਿਖਿਆ ਬੀਫ ਉਹ ਕਹਿੰਦੇ ਲਿਖਿਆ ਐਵੇਂ ਦਾ ਤੁਸੀਂ ਗਾਂ ਦਾ ਮਾਸ ਵਰਤਉਂਦੇ ਨਹੀਂ ਉਹ ਕਹਿੰਦੇ ਨਹੀਂ ਜੀ ਬੀਫ ਮਜਦਾਬਾ ਦਾ ਇਹਨਾਂ ਜਾ ਕੇ ਕੁੱਟਮਾਰ ਸ਼ੁਰੂ ਕਰਤੀ ਇਹ ਗੱਲ 2015 ਦੀ ਹੈ ਇਹ ਜਿਹੜਾ ਹੈਗਾ ਨਾ ਭੀੜ ਤੰਤਰ ਕਿ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਚੱਲ ਜੇ ਜੇ ਸਾਰਾ ਕੁਝ ਇਹਨਾਂ ਨੇ ਕਰਨਾ ਇਹੋ ਵੈਸੇ ਕਰਨਗੇ ਇਹੋ ਜਿਹਨੂੰ ਮਰਜ਼ੀ ਕੁੱਟਿਆ ਕਰਨਗੇ ਜਿਹਨੂੰ ਮਰਜ਼ੀ ਮਾਰ ਛੁੱਟਿਆ ਕਰਨਗੇ ਤੇ ਫਿਰ ਸਰਕਾਰ ਫਿਰ ਪੁਲਿਸ ਫਿਰ ਕਾਨੂੰਨ ਕਿੱਥੇ ਆ ਜੀ ਮੈਂ ਤੇ ਸੁਪਰੀਮ ਕੋਰਟ ਦੀ ਇਸ ਫੈਸਲੇ ਤੇ ਵੀ ਹੈਰਾਨ ਆ ਉਹ ਕਹਿੰਦੇ ਬਲਡੋਜਰ ਐਕਸ਼ਨ ਰੋਕਣੇ ਨਹੀਂਗੇ ਭਾਜੀ ਦਾ ਘਰ ਢਾਹਤਾ ਜਾਵੇ ਜੇ ਉਹ ਚਾਵੇ ਤੇ ਅਦਾਲਤ ਜਾ ਸਕਦਾ ਜਿਹੜੀ ਪਹਿਲੀ ਗੱਲ ਸੀ ਸੁਪਰੀਮ ਕੋਰਟ ਦੀ ਕਿ ਬੰਦਾ ਫੜਿਆ ਵੀ ਜਾਂਦਾ ਤੇ ਦੋਸ਼ੀ ਉਹ ਇਕੱਲਾ ਹੋਊਗਾ ਸਾਰਾ ਟਬਰ ਤੇ ਦੋਸ਼ੀ ਨਹੀਂ ਉਹਨਾਂ ਦਾ ਘਰ ਕਿਦਾਂ ਢਾਹ ਸਕਦੇ ਆ ਜਿਹੜਾ ਵੀ ਬੰਦਾ ਫੜਿਆ ਜਾਂਦਾ ਕਹਿੰਦੇ ਦਾ ਘਰ ਗਲਤ ਬਣਿਆ ਸੀ ਘਰ ਗਲਤ ਬਣਦਾ ਬੰਦਾ ਪਤਾ ਉਹਦੇ ਨਹੀਂ ਲੱਗਦਾ ਜਿੰਨੇ ਬੰਦਾ ਫੜਿਆ ਜਾਂਦਾ ਜਿੱਤੇ ਮਰਜੀ ਜੋ ਮਰਜੀ ਦੋਸ਼ ਲਾ ਕੇ ਜਾਓ ਉਹਦਾ ਘਰ ਢਾਹ ਦਿਓ ਜੀ ਉਹ ਵੀ ਕਾਮਰੇਟ ਹੁੰਦਾ ਪਿਆ ਠੀਕ ਨਹੀਂਗਾ ਇਹੋ ਜਿਹੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਪਰ ਬਦਕਿਸਮਤੀ ਨਾਲ ਜੇ ਭਾਰਤ ਹੈ ਜੀ ਭਾਰਤ ਵਿੱਚ ਸਭ ਕੁਝ ਹੀ ਹੋ ਸਕਦਾ ਸਭ ਕੁਝ ਜੀ ਅੱਛਾ ਪਰ ਸਭ ਹਵਾਈ ਜਹਾਜ਼ਾਂ ਦੀ ਜਿਹੜੇ ਕੰਪਨੀਆਂ ਨੇ ਉਹਨਾਂ ਨੂੰ ਲਗਾਤਾਰ ਥ੍ਰੈਟਸ ਯਾਨੀ ਧਮਕੀਆਂ ਵਾਲੇ ਫੋਨ ਜਦੋਂ ਆਉਂਦੇ ਨੇ ਤਾਂ ਉਹ ਜਾਂ ਫਿਰ ਕੋਈ ਮੈਸੇਜ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਹਵਾਈ ਸੇਵਾ ਉਹ ਵੀ ਪ੍ਰਭਾਵਿਤ ਹੁੰਦੀ ਹੈ ਹੁਣ ਕਹਿੰਦੇ ਕਿ ਮੀਟਾ ਤੇ ਐਕਸ ਇਹਨਾਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਇਹ ਪੂਰਾ ਮਾਮਲਾ ਕੀ ਹੈ ਜੀ ਠੀਕ ਹੈ ਗੱਲ ਪਿਛਲੇ ਹਫਤੇ ਦੇ ਵਿੱਚ ਪਹਿਲਾਂ ਇੱਕ ਜਹਾਜ਼ ਦੇ ਬਾਰੇ ਵਿੱਚ ਇਹੋ ਜੀ ਧਮਕੀ ਆਈ ਫਿਰ ਅਗਲੇ ਦਿਨ 10ਾਂ ਦੀ ਆਗੀ ਫਿਰ 20ਾਂ ਦੀ ਆਗੀ 30ਾਂ ਦੀ ਆਗੀ ਪਰਸੋਂ ਇੱਕੋ ਦਿਨ ਚ ਕਹਿੰਦੇ 80 ਦੇ ਕਰੀਬ ਧਮਕੀ ਆਈਆਂ ਜੀ ਜਦੋਂ ਜਿਹੜੇ ਜਹਾਜ਼ ਬਾਰੇ ਧਮਕੀ ਆਉਂਦੀ ਹੈ ਉਹ ਜੇ ਉੱਡਿਆ ਨਹੀਂ ਤੇ ਰੋਕ ਲੈਂਦੇ ਆ ਫਿਰ ਸਿਕਿਉਰਿਟੀ ਚੈੱਕ ਵਾਸਤੇ ਮਸافرਾਂ ਉਤਾਰ ਦਿੰਦੇ ਜੇ ਉੱਡ ਗਿਆ ਤੇ ਜਿਹੜਾ ਵੀ ਨੇੜਲਾ 에어ਪੋਰਟ ਹੋਵੇ ਉਸੇ ਭਾਈ ਅੱਡੇ ਤੋਂ ਉਤਾਰ ਕੇ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਆ 에어ਲਾਈਨਾਂ ਪ੍ਰਭਾਵਿਤ ਹੋ ਰਹੀਆਂ ਜੇ ਸਾਰਾ ਕੁਝ ਚੈੱਕ ਕਰਕੇ ਵੀ ਜਾਜੋ ਡਾ ਦੇਣ। ਮੁਸਾਫਰ ਫਿਰ ਵੀ ਸਾਰੇ ਰਾਹ ਰੱਬ ਰੱਬ ਕਰਦੇ ਜਾਂਦੇ ਹੋਣਗੇ ਕਿ ਪਤਾ ਨਹੀਂ ਸਿਕਿਉਰਿਟੀ ਵਾਲਿਆਂ ਨੇ ਜੇ ਨਾਲ ਲਪਾ ਹੋਇਆ ਵਿੱਚ ਬੰਬ ਹੋਇਆ ਤੇ ਫਿਰ ਕੀ ਬਣ ਜਾਓ। ਇਹ ਧਮਕੀਆਂ ਆ ਰਹੀਆਂ ਲੋਕਾਂ ਦਾ ਸਾਰ ਸਕੈਪ ਆ ਪਰ ਇਹਨਾਂ ਦਾ ਪਤਾ ਨਹੀਂ ਲੱਗਦਾ ਕੌਣ ਦੇ ਰਿਹਾ। ਜੀ ਜਿਹੜੀਆਂ 4-5 ਸੋਸ਼ਲ ਪਲੇਟਫਾਰਮ ਵਾਲੀਆਂ ਸਾਈਟਾਂ ਨੇ WhatsApp, Facebook ਇਹਨਾਂ ਨੂੰ ਚਲਾਉਣ ਵਾਲੀ ਮੈਟਾ ਜਾਂ ਜਿੰਨੂੰ ਪੁਰਾਣਾ ਟਵਿੱਟਰ ਦਾ ਸੀ ਅੱਜਕੱਲ ਐਕਸ ਉਹਦੇ ਰਾਈ ਇਹ ਤਾਂ ਉਹ ਗੱਤਾਂ ਹੁ ਕਿ ਸਰਕਾਰ ਆਪੇ ਟਰੇਸ ਨਹੀਂ ਕਰ ਸਕਦੀ ਲੱਭ ਨਹੀਂ ਸਕਦੀ ਸਰਕਾਰ ਨੇ ਅਖਰ ਤੁਹਾਨੂੰ ਇਹ ਦੱਸਣਾ ਪੈਗਾ ਕਿ ਬੰਦੇ ਕੌਣ ਨੇ ਦੂਸਰੇ ਕੁਝ ਦੇਸ਼ਾਂ ਨੇ ਇਹਨਾਂ ਕੰਪਨੀਆਂ ਨੂੰ ਕਹਿ ਤੱਕ ਜਾਂ ਤੁਹਾਡਾ ਕਾਰੋਬਾਰ ਹੀ ਸਮੀਟ ਦੇਣਾ ਸਾਡੇ ਦੇਸ਼ ਤੋਂ ਹੀ ਕਰ ਨਹੀਂ ਸਕਦੇ ਜਾਂ ਤੁਹਾਨੂੰ ਇਹ ਦੱਸਣਾ ਪੈਗਾ ਕਿ ਕੌਣ ਆ ਕਰ ਰਿਹਾ ਤੇ ਇਹ ਤੇ ਵੱਖਰੀ ਗੱਲ ਹੈ ਸਾਨੂੰ ਟੈਲੀਫੋਨ ਆਉਂਦੇ ਆ ਵਿਦੇਸ਼ਾਂ ਤੋਂ ਉੱਤੇ ਲਿਖਿਆ ਹੁੰਦਾ ਪ੍ਰੋਮੋਸ਼ਨਲ ਐਸੇ ਦੇਸ਼ ਦੇ ਅੰਦਰੋਂ ਆਉਂਦੇ ਆ ਕਈ ਕੰਪਨੀਆਂ ਕਰਦੀਆਂ ਨੇ ਉਹਨਾਂ ਦੇ ਨੰਬਰ ਕਰੋ ਤੇ ਅਗੋਂ ਜੇ 80 ਤੋਂ ਡਾਇਲ ਕਰੀ ਤੇ ਉਹ ਕਹਿੰਦੇ ਤੁਸੀਂ ਰੋਂਗ ਨੰਬਰ ਅੱਛਾ ਜਦੋਂ ਉਹ ਕਰਦੇ ਆ ਸਾਡੇ ਕੋਲ ਆ ਜਾਂਦਾ ਇਹਦਾ ਮਤਲਬੋ ਕਿਸੇ ਇਹੋ ਜਿਹੇ ਤਰੀਕੇ ਨਾਲ ਕਰਦੇ ਵਿਦੇਸ਼ ਤੋਂ ਵੀ ਆਉਂਦੇ ਆ ਇੱਥੋਂ ਵੀ ਆਉਂਦੇ ਆ ਤੁਸੀਂ ਫਿਰ WhatsApp Facebook X ਨੂੰ ਕਿਉਂ ਕਹਿੰਦੇ ਆ ਦੂਸਰੀਆਂ ਜੀਆਂ ਸਾਡੀਆਂ ਅਗੀਆਂ ਮੋਬਾਈਲ ਕੰਪਨੀਆਂ ਵੀ ਲੈਂਡਲਾਈਨ ਕੰਪਨੀਆਂ ਵੀ ਇਹਨਾਂ ਦਰਾਂ ਇਹ ਸਾਰਿਆਂ ਦੇ ਰਾਹੀਂ ਆਉਂਦੇ ਪਿਆ ਸਰਕਾਰ ਕਰਦੀ ਕੀ ਪਈ ਇਹ ਸਾਰੀ ਦੁਨੀਆ ਤੱਕ ਪਹੁੰਚੋਗੇ ਤੇ ਮੰجهه ਥਲੇ ਆ ਕੇ ਤੇ ਕੋਈ ਸੱਪ ਲੁਕਿਆ ਹੋਵੇ ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗੇ ਤੇ ਬਾਹਰ ਨਹੀਂ ਪਹੁੰਚਦਾ ਕੀ ਕਰਨਾ ਸਰਕਾਰ ਨੂੰ ਇੱਥੇ ਸਾਈਬਰ ਕ੍ਰਾਈਮ ਵਾਲੀਆਂ ਏਜੰਸੀਆਂ ਨੂੰ ਕੱਸਣਾ ਪਏਗਾ ਕਿ ਇੱਥੇ ਜਿਹੜੇ ਇਹਨੇ ਕ੍ਰਾਈਮ ਹੋ ਰਿਹਾ ਰੋਜ਼ ਅਸੀਂ ਪੜ੍ਹਦੇ ਹਾਂ ਫਲਾਣੇ ਨੂੰ ਫੋਨ ਕਰਕੇ 1.5 ਕਰੋੜ ਠੱਗ ਲਿਆ ਫਲਾਣੇ ਤੋਂ 40 ਕਰੋੜ ਠੱਗ ਲਿਆ ਫਲਾਣੇ ਤੋਂ 4000 ਵੀ ਠੱਗ ਲਿਆ ਯਾਨੀ 4000 ਵੀ ਠੱਗਾ ਜਾ ਰਿਹਾ 4 ਕਰੋੜ ਵੀ ਠੱਗਾ ਜਾ ਰਿਹਾ ਰੋਜ਼ ਠੱਗੀਆਂ ਵਜਦੀਆਂ ਨੇ ਸਰਕਾਰ ਦੀਆਂ ਏਜੰਸੀਆਂ ਕੀ ਕਰਦੀਆਂ ਇਹ ਸਾਰੇ ਕੋਈ ਨਹੀਂ ਚੈੱਕ ਕਰਨ ਦੀ ਲੋੜ ਹੈ ਜੇ ਮੈਟਾ ਨੂੰ ਤੇ ਐਕਸ ਨੂੰ ਨੋਟਿਸ ਦਿੱਤੇ ਤੇ ਗਲਤ ਨਹੀਂ ਕੀਤਾ ਮੈਂ ਸਮਝਦਾ ਕਿ ਉਹਨਾਂ ਕੰਪਨੀਆਂ ਜੀ ਇੱਥੇ ਕਾਰੋਬਾਰ ਕਰਨਾ ਤੇ ਇਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਉਹ ਜਵਾਬਦੇਹ ਹੋਣੀਆਂ ਚਾਹੀਦੀਆਂ ਜੀ ਬਹੁਤ ਸ਼ੁਕਰੀਆ ਪੰਨੂ ਸਾਹਿਬ ਤੁਸੀਂ ਸਮਝਾ ਦਿੱਤਾ ਧੰਨਵਾਦ ਜੀ ਜੀ ਮਿਹਰਬਾਨੀ ਚੁਕਰੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਉਸੇ ਤਰ੍ਹਾਂ ਇੰਤਜ਼ਾਰ ਰਹੇਗਾ ਫਿਲਹਾਲ ਤੁਸੀਂ ਵੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ